ਸਾਥੀਓ ਮੈਂ ਫਲਜਿੰਦਰ ਤੋ ਫੈਨ ਡਾਕਟਰ ਮੇਲਕਰ ਜੀ ਦੇ ਚੈਨਲ ਤੋਂ ਔਰ ਅੱਜ ਅਸੀਂ ਪਹੁੰਚੇ ਹਾਂ ਸ਼ਹਿਰ ਖੰਨਾ ਦੇ ਵਿੱਚ ਜਿੱਥੇ ਕਿ ਮਿੰਨੀ ਕੋਰਾ ਜੀ ਦੇ ਘਰ ਦੇ ਵਿੱਚ ਔਰ ਇਹਨਾਂ ਨੂੰ ਭੋਜਨ ਸਮਾਜ ਪਾਰਟੀ ਵੱਲੋਂ ਹਲਕਾ ਖੰਨਾ ਦੇ ਇੰਚਾਰਜ ਲਗਾਇਆ ਗਿਆ ਸੋ ਇਹਨਾਂ ਨਾਲ ਗੱਲਬਾਤ ਕਰਦੇ ਜੈਪੀਮ ਜੈਪੀਮ ਜੋ ਮੈਡਮ ਤੁਹਾਨੂੰ ਭੋਜਨ ਸਮਾਜ ਪਾਰਟੀ ਵੱਲੋਂ ਇਹ ਜ਼ਿੰਮੇਵਾਰੀ ਦਿੱਤੀ ਗਈ ਆ ਹਲਕਾ ਖੰਨਾ ਦੇ ਇੰਚਾਰਜ ਲਗਾਇਆ ਗਿਆ ਇਸ ਜ਼ਿੰਮੇਵਾਰੀ ਨੂੰ ਤੁਸੀਂ ਕਿਸ ਤਰ੍ਹਾਂ ਨਿਭਾ ਰਹੇ ਹੋ ਮੈਂ ਇਸ ਜ਼ਿੰਮੇਵਾਰੀ ਨੂੰ ਪੂਰੇ ਤਨਮਨ ਦੇ ਨਾਲ ਨਿਭਾ ਰਹੀ ਆ ਮੈਂ ਆਪਣੀ ਪਾਰਟੀ ਦਾ ਬਹੁਜਨ ਸਮਾਜ ਪਾਰਟੀ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੈਨੂੰ ਇਹ ਅਹੁਦਾ ਬਖਸ਼ਿਆ ਇਸ ਕਰਕੇ ਮੈਂ ਚਾਹਦੀ ਹਾਂ ਕਿ ਮੈਂ ਜਿੰਨਾ ਵੀ ਹੋ ਸਕੇ ਆਪਣੇ ਸਮਾਜ ਨੂੰ ਇਕੱਠਾ ਕਰਾਂ ਅਤੇ ਸਾਰੇ ਮਿਲ ਕੇ ਅਸੀਂ ਆਪਣੇ ਸਮਾਜ ਦੀ ਤਰੱਕੀ ਲਈ ਅਸੀਂ ਅੱਗੇ ਵਧੀਏ ਅਤੇ ਭੈਣ ਜੀ ਨੂੰ ਅ ਅੱਗੇ ਵਧਾਈਏ ਮਾਇਆਵਤੀ ਭੈਣ ਜੀ ਜੋ ਸਾਡੇ ਸਮਾਜ ਲਈ ਬਹੁਤ ਚੰਗੇ ਕੰਮ ਕਰਦੀ ਹੈ ਇਸ ਲਈ ਅਸੀਂ ਚਾਹੁੰਦੇ ਹਾਂ ਕਿ ਆਪਣੀਆਂ ਭੈਣਾਂ ਨੂੰ ਭਰਾਵਾਂ ਨੂੰ ਮੈਂ ਸਾਰੇ ਸਮਾਜ ਨੂੰ ਕਹਿੰਦੀ ਹਾਂ ਕਿ ਮੇਰੇ ਨਾਲ ਮਿਲ ਕੇ ਜਿਸ ਤਰ੍ਹਾਂ ਮੈਂ ਆਪਣੇ ਘਰ ਤੋਂ ਬਾਹਰ ਨਿਕਲੀ ਹਾਂ ਇਸ ਤਰ੍ਹਾਂ ਆਪਣੀਆਂ ਭੈਣਾਂ ਨੂੰ ਵੀ ਮਾਵਾਂ ਨੂੰ ਤੀਆਂ ਨੂੰ ਬਾਹਰ ਕੱਢਣ ਤੇ ਸਮਾਜ ਦੇ ਲਈ ਕੰਮ ਕਰਨ ਲਈ ਉਤਸ਼ਾਹਿਤ ਕਰਨ ਤਾਂ ਕਿ ਸਾਡਾ ਸਮਾਜ ਅੱਗੇ ਆਵੇ ਪਰ ਜਿਸ ਤਰ੍ਹਾਂ ਕਿ ਦਿੱਲੀ ਦੇ ਵਿੱਚ ਸਵਿਧਾਨ ਨੂੰ ਰੋਡ ਦੇ ਉੱਤੇ ਸ਼ਰੇਆ ਮੈਗਨੀਫੀਟ ਕੀਤਾ ਗਿਆ ਇਸ ਬਾਰੇ ਤੁਸੀਂ ਕੀ ਕਹ ਰਹੇ ਹੋ ਇਹ ਜਿਹੜੇ ਲੋਕ ਸੰਵਿਧਾਨ ਦੇ ਨਾਲ ਛੇੜਛਾੜ ਕਰ ਰਹੇ ਨੇ ਇਹ ਲੋਗ ਅਨਪਛਾਤੇ ਲੋਗ ਹੈ ਨਹੀਂ ਜਿਹੜੇ ਕਿ ਦੇਸ਼ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਹਨ ਦੁਨੀਆ ਨੂੰ ਭੜਕਾਉਣਾ ਚਾਹੁੰਦੇ ਹਨ ਇਸ ਕਰਕੇ ਮੈਂ ਚਾਹੁੰਦੀ ਆ ਕਿ ਇਹ ਜੇ ਲੋਕਾਂ ਨੂੰ ਸਖਤ ਸਖਤ ਸਜ਼ਾ ਦਿੱਤੀ ਜਾਏ ਕਿਉਂਕਿ ਤੋਂ ਇਸ ਤਰ੍ਹਾਂ ਦੀ ਕੋਈ ਵੀ ਹੋਰ ਇਨਸਾਨ ਜਾਂ ਲੋਗ ਇਸ ਦਾ ਸ਼ਰਾਰਤ ਨਾ ਕਰ ਸਕੇ ਸੰਵਿਧਾਨ ਨੂੰ ਕਿਉਂਕਿ ਸੰਵਿਧਾਨ ਸਾਡਾ ਗ੍ਰੰਥ ਹੈ ਔਰ ਜਿਸ ਤਰ੍ਹਾਂ ਕਿ ਤੁਸੀਂ ਸਮਾਜ ਦੇ ਵਿੱਚ ਵਿਚਰਦੇ ਹੋ ਔਰ ਬਹੁਜਨ ਸਮਾਜ ਪਾਰਟੀ ਨੂੰ ਕਿਸ ਤਰ੍ਹਾਂ ਦਾ ਰਿਸਪਾਂਸ ਮਿਲ ਰਿਹਾ ਸਾਡੀ ਬਹੁਜਨ ਸਮਾਜ ਪਾਰਟੀ ਨੂੰ ਬਹੁਤ ਜ਼ਿਆਦਾ ਰਿਸਪਾਂਸ ਮਿਲਦਾ ਤੇ ਮੈਨੂੰ ਆਸ ਹੈ ਕਿ 2019 ਦੀਆਂ ਵੋਟਾਂ ਦੇ ਵਿੱਚ ਸਾਡੀ ਸਰਕਾਰ ਬਹੁਮਤ ਨਾਲ ਬਣੇਗੀ ਤੇ ਜਿਆਦਾ ਤੋਂ ਜਿਆਦਾ ਲੋਕ ਸਾਡਾ ਇਸ ਪਾਰਟੀ ਦੇ ਵਿੱਚ ਆਉਣਗੇ ਤੁਸੀਂ ਇਸ ਚੈਨਲ ਰਾਹੀਂ ਸਮਾਜ ਨੂੰ ਕੀ ਮੈਸੇਜ ਦੇਣਾ ਚਾਹ ਰਹੇ ਹੋ ਸਾਡੀ ਸਰਕਾਰ ਆਂਦਿਆ ਹੀ ਅਸੀਂ ਨਸ਼ਾ ਮੁਕਤ ਕਰਾਂਗੇ ਤੇ ਬੱਚਿਆਂ ਨੂੰ ਪੜਨ ਦੇ ਲਈ ਉਤਸ਼ਾਹਿਤ ਕਰਾਂਗੇ ਨੌਕਰੀਆਂ ਦਵਾਂਗੇ ਸਰਕਾਰੀ ਸਕੂਲਾਂ ਦੇ ਵਿੱਚ ਬੱਚਿਆਂ ਦੇ ਲਈ ਉੱਚ ਸਿੱਖਿਆ ਦਾ ਪ੍ਰਬੰਧ ਕਰਾਂਗੇ ਅਤੇ ਮੈਂ ਨਾਲ ਇਸ ਚੈਨਲ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੈਨੂੰ ਆਪਣੇ ਚੈਨਲ ਦੇ ਵਿੱਚ ਪੇਸ਼ ਕਰਕੇ ਆਪਣੇ ਲੋਕਾਂ ਦੇ ਰੂਬਰੂ ਕਰਾਇਆ ਤਾਂ ਕਿ ਉਹਨਾਂ ਨੂੰ ਮੈਂ ਆਪਣੀ ਪਾਰਟੀ ਦੇ ਬਾਰੇ ਦੱਸ ਸਕਾਂ ਆਪਣੇ ਵਿਚਾਰ ਦੱਸ ਸਕਾਂ ਕਿ ਸਾਡੀ ਪਾਰਟੀ ਕੀ ਕੁਝ ਕਰ ਸਕਦੀ ਹੈ ਸੋ ਸਾਰਿਆਂ ਨੂੰ ਜੈਪੀਮ ਜੈਪਾ